आज आंटी थोनू लगता है कि जे अंकल आज होंगे तो थोनू ये काम ना करना पैंदा? ओ होंदे, उन्होंने मैनू काम करन ही नहीं देना, वो नहीं मैनू बाहर जान देंदे सी। उन्हां दी डेथ तो बाद कोई थोड़ा सहारा नहीं बनिया? नहीं, बिल्कुल नहीं, बस सब पिछे हट गए, कोई आना जाना बंद करता। ब्रदर दा पहले ही पिछे हट गए सीगे। दुख होया सीगा कि मुसीबत दे टाइम जेड़े भरा नू एक टाइम ते रखड़ी बनदी हुंदी सी, सुख दुख दा सहारा बनदी सी कि एक टाइम ते थोड़ा माड़ा टाइम आ थोड़े भरा ही पिछे। बिल्कुल, सब सारी दुनिया ही पिछे हट गई। जिवें कि असीं गल कर लईए आंटी दे, तुसीं किरदार देख चुके हो, हमेशा ही हसदे रहिंदे ने। मैनूं लगदा कि आंटी जी जिहड़े तुहाडे ते दुख आए ने ते सारे तुसीं हस हस के कट्टदे। हां जी बिल्कुल, हस के कड्डांगे छेती निकल जांदे आ, रो के कड्डांगे टाइम नहीं निकलदा। ਕਿੰਨਾ ਕੁ ਲੱਗਦਾ ਹੋਇਆ ਕਿ ਅੱਜ ਦੇ ਟਾਈਮ ਦੇ ਵਿੱਚ ਸਿਰਫ ਪੈਸਾ ਹੀ ਜ਼ਰੂਰੀ ਹੈ, ਇਨਸਾਨੀਅਤ ਕੁਛ ਵੀ ਨਹੀਂ ਰਹੀ? ਇਨਸਾਨੀਅਤ ਵੀ ਉਹਦੇ ਨਾਲ ਹੀ ਹੈ ਜਿਹਦੇ ਕੋਲ ਪੈਸਾ ਆ, ਉਸ ਤਰ੍ਹਾਂ ਕੁਛ ਨਹੀਂ ਹੈਗਾ। ਜਿਹਦੇ ਕੋਲ ਪੈਸਾ ਨਾ ਦੁਨੀਆ ਵੀ ਆਉਂਦੀ ਹੈ। ਅੱਛਾ ਇੱਕ ਗੱਲ, ਹਮੇਸ਼ਾ ਹੱਸਦੇ ਹੀ ਰਹਿੰਦੇ ਹੋ, ਮੈਂ ਆਫ ਕੈਮਰਾ ਵੀ ਤੁਹਾਡੇ ਨਾਲ ਗੱਲ ਕੀਤੀ ਹੈ ਤੇ ਹੁਣ ਵੀ ਕਰਤੀ ਹੈ, ਸਮਾਈਲੀ ਫੇਸ ਹੈ ਤੁਹਾਡਾ? ਯੈਸ, ਹਮੇਸ਼ਾ ਖੁਸ਼ ਰਹਿੰਦੇ ਜੀ। ਅੱਛਾ ਜਿਵੇਂ ਕਿ ਆ ਪਾਰਸਲ ਦਾ ਕੰਮ ਤੁਸੀਂ ਕਦੋਂ ਤੋਂ ਸਟਾਰਟ ਕਰਦੇ? ਮੈਨੂੰ 2 ਮੰਥ ਹੋ ਗਿਆ। ਉੱਥੇ ਪਹਿਲਾਂ ਕੀ ਕਰਦੇ? ਆਫਿਸ ਜੋਬ ਸੀਗੀ ਕੁਛ, ਜਾਂ ਹੌਜਰੀ ਲਾਈਨ 'ਚ ਵੀ ਕੀਤਾ ਕੰਮ, ਲੇਕਿਨ ਉਹਦੇ 'ਚ ਸੈਲਰੀ ਵਗੈਰਾ ਨਹੀਂ। ਹੌਜਰੀ 'ਚ ਤਾਂ ਕੰਮ ਹੀ ਬਹੁਤ ਘੱਟ ਹੁੰਦਾ, ਜਦੋਂ ਜੇ ਵਿਆਹ ਕਰਕੇ ਉਸ ਤੋਂ ਬਾਅਦ ਜਵਾਬ ਦੇਤਾ, ਉਹਨਾਂ ਨੇ ਕਹਿੰਦੇ ਨਹੀਂ ਮਿਲਣਾ ਕੰਮ, ਅਤੇ ਆਫਿਸ ਲਾਈਨ 'ਚ ਵੀ ਸੈਲਰੀ ਦੀ ਬਹੁਤ ਪ੍ਰੋਬਲਮ ਆ। ਸੀਗਾ ਕਿ ਲਾਈਫ ਦੇ ਵਿੱਚ ਇੰਨਾ ਸਟਰਗਲ ਕਰਨ ਤੋਂ ਬਾਅਦ ਲੋਕ ਜਿਹੜੇ ਨੇ ਜਵਾਬ ਦੇ ਦਿੰਦੇ? ਹਾਂਜੀ ਬਿਲਕੁਲ, ਬਹੁਤ ਦੁੱਖ ਹੁੰਦਾ। ਅਤੇ ਘਰ ਪਰਿਵਾਰ ਦੇ ਵਿੱਚ ਤੁਹਾਡੇ ਜਿਵੇਂ 3 ਕੁੜੀਆਂ ਨੇ, ਇੱਕ ਮੁੰਡਾ ਆ, ਅਤੇ ਹਸਬੈਂਡ ਨੂੰ ਕੀ ਹੋਇਆ? ਹਸਬੈਂਡ ਬਿਮਾਰ ਸੀਗੇ, ਉਹਨਾਂ ਦਾ ਲੀਵਰ ਡੈਮੇਜ ਹੋ ਗਿਆ ਸੀ, ਉਹਨਾਂ ਦਾ 8 ਸਾਲ ਹੋ ਗਿਆ। 8 ਸਾਲ ਇੱਕ ਲਾਈਫ ਬਤੀਤ ਕਰਨੀ, ਆਪਣੀ ਜ਼ਿੰਦਗੀ ਬਤੀਤ ਕਰਨੀ ਬਿਨਾਂ ਆਪਣੇ ਹਸਬੈਂਡ ਤੋਂ ਬੱਚੇ ਨੂੰ ਸਾਂਭਣਾ ਕਿੰਨਾ ਕੁ ਔਖਾ? ਬਹੁਤ ਔਖਾ। ਜਿੰਨਾ ਕੁ ਮੇਰੀ ਸਪੋਰਟ ਆ, ਉਨੀ ਬੱਚਿਆਂ ਦੀ ਵੀ, ਯਾਨੀ ਕਿ ਬਰਾਬਰ ਸਪੋਰਟ ਮੈਨੂੰ ਮਿਲੀ ਆ। ਹਾਂ ਕਿ ਦੋਨਾਂ ਦਾ ਧਿਆਨ ਰੱਖਣਾ, ਆਪਣਾ ਕੰਮ ਵੀ ਕਰਨਾ, ਬੱਚੇ ਵੀ ਆਪਣਾ ਧਿਆਨ ਖੁਦ ਰੱਖਦੇ ਸੀ। ਕਿਤੇ ਕਿਤੇ ਇੱਕ ਨਾ ਹੋਪ ਹੁੰਦੀ ਹੈ ਵੀ, ਹੈ ਨਾ, ਸਾਰੇ ਵੀ, ਹੈ ਨਾ, ਸਾਡੇ ਜਿਹੜੇ ਆਪਾਂ ਇੱਕ ਪਰਿਵਾਰ ਵਾਂਗੂ ਰਹੀਏ, ਹਸਬੈਂਡ ਵਾਈਫ ਸਾਰੇ ਹੋਣ। ਅੱਜ ਆਂਟੀ ਤੁਹਾਨੂੰ ਲੱਗਦਾ ਆ ਕਿ ਜੇ ਅੰਕਲ ਅੱਜ ਹੁੰਦੇ ਤਾਂ ਤੁਹਾਨੂੰ ਇਹ ਕੰਮ ਨਾ ਕਰਨਾ ਪੈਂਦਾ? ਉਹ ਹੁੰਦੇ, ਉਹਨਾਂ ਨੇ ਮੈਨੂੰ ਕੰਮ ਕਰਨ ਹੀ ਨਹੀਂ ਸੀ ਦੇਣਾ, ਉਹ ਨਹੀਂ ਮੈਨੂੰ ਬਾਹਰ ਜਾਣ ਦਿੰਦੇ ਸੀ। ਉਹਨਾਂ ਦੀ ਡੈਥ ਤੋਂ ਬਾਅਦ ਕੋਈ ਤੁਹਾਡਾ ਸਹਾਰਾ ਨਹੀਂ ਬਣਿਆ? ਨਹੀਂ ਬਿਲਕੁਲ ਨਹੀਂ, ਬਸ ਸਭ ਪਿੱਛੇ ਹਟ ਗਏ, ਕੋਈ ਆਉਣਾ ਜਾਣਾ ਬੰਦ ਕਰਤਾ। ਸੱਸ ਸਹੁਰੇ ਹੈ ਹੀ ਨਹੀਂ, ਕੋਈ ਪਰਿਵਾਰ 'ਚ ਨਹੀਂ ਹੈਗਾ, ਕੋਈ ਵੀ ਨਹੀਂ ਹੈਗਾ। ਸਿਰਫ ਇਕੱਲੇ ਹੀ ਸੀਗੇ? ਸਾਰੀ ਡੈਥ ਹੋ ਗਈ ਸਾਰੇ ਪਰਿਵਾਰ ਦੀ, ਪਾਪਾ ਆ, ਮੰਮੀ ਤਾਂ ਹੈ ਹੀ ਨਹੀਂ ਮੇਰੇ, ਬ੍ਰਦਰ ਤਾਂ ਪਹਿਲਾਂ ਹੀ ਪਿੱਛੇ ਹਟ ਗਏ ਸੀਗੇ। ਦੁੱਖ ਹੋਇਆ ਸੀਗਾ ਕਿ ਮੁਸੀਬਤ ਦੇ ਟਾਈਮ ਜਿਹੜੇ ਭਰਾ ਨੂੰ ਇੱਕ ਟਾਈਮ 'ਤੇ ਰੱਖੜੀ ਬੰਨਦੀ ਹੁੰਦੀ ਸੀ, ਸੁੱਖ ਦੁੱਖ ਦਾ ਸਹਾਰਾ ਬਣਦੀ ਸੀ ਕਿ ਇੱਕ ਟਾਈਮ 'ਤੇ ਉਦੋਂ ਤੁਹਾਡਾ ਮਾੜਾ ਟਾਈਮ ਆ ਤੁਹਾਡੇ ਭਰਾ ਹੀ ਪਿੱਛੇ? ਬਿਲਕੁਲ, ਸਭ ਸਾਰੀ ਦੁਨੀਆ ਹੀ ਪਿੱਛੇ ਹਟ ਗਈ। ਹਾਂਜੀ ਪੂਰੀ, ਬਹੁਤ ਜ਼ਿਆਦਾ ਦੁੱਖ ਹੁੰਦਾ ਸੀਗਾ, ਪਰ ਕਈ ਦਾ ਇਗਨੋਰ ਮਾਰਿਆ ਕਿ ਆਪਣੇ ਪਰਿਵਾਰ, ਆਪਣੇ ਬੱਚੇ ਦੇਖੋ, ਕਿਸੇ ਨੂੰ ਦੇਖਣ ਦੀ ਲੋੜ ਨਹੀਂ ਹੈਗੀ। ਤੁਹਾਡੇ 3 ਕੁੜੀਆਂ ਨੇ, ਇੱਕ ਮੁੰਡਾ ਆ, ਮੁੰਡਾ ਕਿੰਨਾ ਕੁ ਛੋਟਾ? ਮੁੰਡਾ ਮੇਰਾ 12 ਸਾਲ ਦਾ ਆ। ਅਤੇ ਕੁੜੀਆਂ ਨੂੰ ਲੈ ਕੇ ਰਹਿਣਾ ਇੱਕ ਮਾਂ ਦੇ ਲਈ ਬੜਾ ਔਖਾ ਹੁੰਦਾ ਆ, ਹਰ ਕਿਸੇ ਦੇ ਤਾਨੇ ਜਿਹੜੇ ਆ ਸੁਣਨੇ ਪੈਂਦੇ ਆ, ਹਰ ਕਿਸੇ ਨੂੰ ਬੜੇ ਆਪਣੀ ਕੁੜੀਆਂ ਨੂੰ ਮਾੜੀਆਂ ਨਜ਼ਰਾਂ ਤੋਂ ਵੀ ਬਚਾਉਣਾ ਹੁੰਦਾ ਆ, ਕਿੱਦਾਂ ਦਾ ਰਿਹਾ ਤੁਹਾਡਾ ਇਹ? ਬਹੁਤ ਵਧੀਆ ਰਿਹਾ, ਆਪਣੇ ਬੱਚਿਆਂ ਨੂੰ ਜਿਸ ਤਰ੍ਹਾਂ ਸਮਝਾ ਕੇ ਜਾਂਦੀ ਸੀ, ਬੱਚੇ ਨਾਲ ਘਰੋਂ ਬਾਹਰ ਨਿਕਲਦੇ ਸੀਗੇ, ਜਿੱਥੇ ਰੈਂਟ 'ਤੇ ਰਹਿੰਦੇ ਹਾਂ ਅਸੀਂ, ਬਿਲਕੁਲ ਸੇਫਟੀ ਨਾਲ ਬੱਚਿਆਂ ਨੂੰ ਰੱਖਿਆ ਮੈਂ। ਕਿੰਨਾ ਕੁ ਲੱਗਦਾ ਹੋਇਆ ਕਿ ਅੱਜ ਦੇ ਟਾਈਮ ਦੇ ਵਿੱਚ ਸਿਰਫ ਪੈਸਾ ਹੀ ਜ਼ਰੂਰੀ ਹੈ, ਇਨਸਾਨੀਅਤ ਕੁਛ ਵੀ ਨਹੀਂ ਰਹੀ? ਇਨਸਾਨੀਅਤ ਵੀ ਉਹਦੇ ਨਾਲ ਹੀ ਹੈ ਜਿਹਦੇ ਕੋਲ ਪੈਸਾ ਆ, ਉਸ ਤਰ੍ਹਾਂ ਕੁਛ ਨਹੀਂ ਹੈਗਾ, ਜਿਹਦੇ ਕੋਲ ਪੈਸਾ ਨਾ ਦੁਨੀਆ ਵੀ ਆਉਂਦੀ ਹੈ। ਟਾਈਮ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਤੁਸੀਂ ਜਿਹੜਾ ਪਾਰਸਲ ਡਿਲੀਵਰ ਕਰ? ਸਵੇਰੇ 7:30 ਵਜੇ ਤੋਂ। ਅਤੇ ਆਂਟੀ ਇੱਦਾਂ ਨਹੀਂ ਹੁੰਦਾ ਵੀ, ਹੈ ਨਾ, ਹਰ ਕਿਸੇ ਦੀ ਇੱਛਾ ਹੁੰਦੀਆਂ ਨੇ, ਕਿਉਂਕਿ ਕੁੜੀਆਂ ਦੇ ਤਾਂ ਸ਼ੌਂਕ ਹੀ ਬਹੁਤ ਹੁੰਦੇ ਨੇ, ਹੈ ਨਾ, ਇਹ ਪਾਉਣਾ ਆ, ਇਹ ਲੈ ਕੇ ਆਉਣਾ ਆ, ਹੈ ਨਾ, ਅਤੇ ਕਦੇ ਇੱਦਾਂ ਨਹੀਂ ਹੁੰਦਾ ਵੀ ਉਹਨਾਂ ਦੇ ਸ਼ੌਂਕ ਪੂਰੇ ਨਾ ਹੋਏ ਹੋਣ, ਅਤੇ ਦੁੱਖ ਬਹੁਤ ਹੋਇਆ ਹੋ? ਦੁੱਖ ਹੋਇਆ, ਲੇਕਿਨ ਮੈਰਿਜ ਤੋਂ ਬਾਅਦ ਉਹਨਾਂ ਦੇ ਸਾਰੇ ਸ਼ੌਂਕ ਪੂਰੇ ਹੋ ਰਹੇ ਆ।
ਜਿਵੇਂ ਕਿ ਅਸੀਂ ਗੱਲ ਕਰ ਲਈ ਹੈ ਆਂਟੀ ਦੇ ਤੁਸੀਂ ਕਿਰਦਾਰ ਦੇ ਚੁੱਕੇ ਹੋ ਹਮੇਸ਼ਾ ਹੀ ਹੱਸਦੇ ਰਹਿੰਦੇ ਨੇ ਮੈਨੂੰ ਲੱਗਦਾ ਕਿ ਆਂਟੀ ਜੀ ਜਿਹੜੇ ਤੁਹਾਡੇ ਤੇ ਦੁੱਖ ਆਏ ਨੇ ਤੇ ਸਾਰੇ ਤੁਸੀਂ ਹੱਸ ਹੱਸ ਕੇ ਕੱਢਦੇ ਹਾਂਜੀ ਬਿਲਕੁਲ ਹੱਸ ਕੇ ਕੱਢਾਂਗੇ ਛੇਤੀ ਨਿਕਲ ਜਾਂਦੇ ਆ ਰੋ ਕੇ ਕੱਢਾਂਗੇ ਟਾਈਮ ਨਹੀਂ ਨਿਕਲਦਾ ਮੈਂ ਕਹਿੰਦੀ ਹਾਂ ਸਾਰੇ ਇਸ ਚੀਜ਼ ਨੂੰ ਨਾ ਨੋਟ ਕਰ ਲਓ ਹਮੇਸ਼ਾ ਆਂਟੀ ਹੱਸਦੇ ਰਹਿੰਦੇ ਨੇ ਕਹਿੰਦੇ ਜਿਹੜੇ ਦੁੱਖ ਆਉਂਦੇ ਨੇ ਨਾ ਹਮੇਸ਼ਾ ਹੀ ਹੱਸ ਕੇ ਕੱਟੀ ਦਾ ਹੁੰਦਾ ਜੇ ਕੋਈ ਆਪਣਾ ਖੁਸ਼ੀ ਹੈ ਉਹ ਜਿਵੇਂ ਹੱਸ ਕੇ ਆਪਣੀ ਖੁਸ਼ੀਆਂ ਜਿਹੜੇ ਜ਼ਾਹਿਰ ਕਰਦੇ ਇੱਦਾਂ ਦੁੱਖ ਵੀ ਜਿਹੜੇ ਹੱਸ ਕੇ ਹੀ ਜ਼ਾਹਿਰ ਕਰਨੇ ਚਾਹੀਦੇ ਤਾਂ ਕਿ ਲੋਕਾਂ ਨੂੰ ਜਿਹੜੇ ਸਿੱਖਣ ਨੂੰ ਕੁਝ ਮਿਲੇ ਤੁਹਾਨੂੰ ਆਂਟੀ ਦੀ ਸਟੋਰੀ ਕਿੱਦਾਂ ਦੀ ਲੱਗੀ ਇਹਨਾਂ ਦੀ ਮਿਹਨਤ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸ ਦਿਓ